ਪਾਰਟੀਸ਼ਨ ਤੋਂ ਪਹਿਲੇ ਅਸੀਂ ਜਿਸ ਵੇਲੇ ਕੋਇਟਾ ਦੇ ਭੂਚਾਲ ਆਏ ਖਤਮ ਹੋ ਗਏ ਤੇ ਅਸੀਂ ਕੋਇਟੇ ਚਲੇ ਗਏ ਸੀ, ਕੋਇਟਾ ਬਲੋਚਿਸਤਾਨ ਜੀ ਜੀ। ਉੱਥੇ ਮੈਂ 10ਵੀਂ ਪੜ੍ਹਦਾ ਰਿਹਾ, ਫਿਰ ਸਾਨੂੰ ਪਾਰਟੀਸ਼ਨ ਹੋਇਆ ਤਾਂ ਮੈਂ ਇੰਡੀਆ 'ਚ ਅਸੀਂ ਆ ਗਏ ਸਾਰੀ ਫੈਮਿਲੀ ਇੰਡੀਆ 'ਚ ਆ ਕੇ ਤੇ ਫਿਰ ਅਸੀਂ ਦੇਹਰਾਦੂਨ ਸੈਟਲ ਹੋਏ। ਤੁਸੀਂ ਹੁਣ ਪਾਕਿਸਤਾਨ ਪਹਿਲੀ ਵਾਰੀ ਆਏ ਹੋ? ਹਾਂ, ਆਪਣੇ ਉਸ ਪਹਿਲੇ 6-7 ਸਾਲ ਜਦੋਂ ਗਏ ਸੀ ਉਦੋਂ ਬਲੋਚਿਸਤਾਨ ਪਾਰਟੀਸ਼ਨ ਤੋਂ ਬਾਅਦ। ਨਹੀਂ, ਪਾਰਟੀਸ਼ਨ ਤਾਂ 1947 ਹੋਇਆ ਨਾ। ਪਾਰਟੀਸ਼ਨ ਤੋਂ ਬਾਅਦ ਪਾਕਿਸਤਾਨ ਪਹਿਲੀ ਵਾਰੀ ਆਏ? ਹਾਂਜੀ, ਨਹੀਂ ਪਾਕਿਸਤਾਨ ਇੱਥੇ ਪੰਜਾਬ ਪਹਿਲੀ ਵਾਰੀ ਆਏ, ਫਗਵਾੜੇ ਤੱਕ ਜਾਂਦਾ ਸੀ ਮੈਂ ਪੰਜਾਬ। ਮੈਂ ਪਾਕਿਸਤਾਨੀ ਪੰਜਾਬ ਦੀ ਗੱਲ ਕਰ ਰਿਹਾ ਜੀ, ਤੁਸੀਂ ਇਸੇ ਵਾਸਤੇ ਕਨਫਿਊਜ਼ ਹੋ ਗਏ। ਹਾਂ, ਇੱਥੇ ਪਾਕਿਸਤਾਨ ਪਹਿਲੀ ਵਾਰੀ ਆਏ। ਇੱਕ ਦਿਨ ਮੈਂ ਸੋਚਿਆ ਜਾ ਕੇ ਜ਼ਰਾ ਜਿੱਥੇ ਆਪਣੇ ਲਾਲਾ ਲਾਜਪਤ ਰਾਏ ਨੂੰ ਲਾਠੀ ਚਾਰਜ ਵੈਸੇ ਡੈਥ ਹੋਈ ਸੀ, ਉਹਦੀ ਕੋਈ ਯਾਦਾਸ਼ ਸੀ, ਦੇਖ ਕੇ ਆਵਾਂਗਾ ਲਾਹੌਰ 'ਚ ਕਿਸ ਤਰ੍ਹਾਂ ਹੋਇਆ, ਕੀ ਹੋਇਆ, ਉਹਨਾਂ ਦਾ ਸੁਣਿਆ ਸਟੈਚੂ ਲੱਗਿਆ ਹੋਇਆ। ਔਰ ਫਿਰ ਆਇਆ ਕਿ ਜਿਸ ਵਕਤ 525 ਸਾਲ ਉਹ ਮਨਾ ਰਹੇ ਨੇ, ਕਿ ਜਾ ਕੇ ਦਰਸ਼ਨ ਕਰ ਆਵਾਂ, ਨਾਲ ਗੁਰਦੁਆਰੇ ਦੇਖ ਆਵਾਂ, ਫਿਰ ਪਤਾ ਨਹੀਂ ਲਾਈਫ ਹੈ, ਇਹਨੂੰ ਜਾ ਸਕਦਾ ਨਹੀਂ ਜਾ ਸਕਦਾ। ਬੱਚਿਆਂ ਨੂੰ ਕਿਹਾ, ਉਹਨਾਂ ਪਾਸਪੋਰਟ ਤਾਂ ਮੇਰਾ ਬਣਿਆ ਹੀ ਸੀ, ਉੱਥੋਂ ਪਾਕਿਸਤਾਨ ਨੂੰ ਉਹਦੀ ਡੇਟ ਆਫ ਬਰਥ ਪੰਜਾਬ ਗੁਜਰਾਤ ਦੀ ਲਿਖੀ ਹੋਈ ਹੈ। ਗੁਜਰਾਤ ਦੇ ਵੀ ਤੁਹਾਡਾ ਪਿੰਡ ਦਾ ਕੀ ਨਾਮ ਸੀ? ਦੌਲਤਾ ਨਗਰ। ਇਹ ਗੁਜਰਾਤ ਤੋਂ ਕਿਹੜੀ ਸਾਈਡ 'ਤੇ ਕੋਈ ਯਾਦ? ਇਹ ਗੁਜਰਾਤ ਲਾਲਾ ਮੂਸਾ ਮਤਲਬ ਜੀ ਜੀ ਬਿਲਕੁਲ ਲਾਲਾ ਮੂਸਾ ਨਾਲ ਹੀ ਅੱਗੇ 15 ਕਿਲੋਮੀਟਰ ਉਸ ਤੋਂ ਅੱਗੇ ਪਿੰਡ ਸੀ। ਅੱਛਾ ਅੱਛਾ, ਤੁਸੀਂ ਯਾਨੀ ਕਿ ਲਾਲਾ ਮੂਸਾ ਦੇ ਕਰੀਬ? ਹਾਂ ਬਿਲਕੁਲ, ਠੀਕ ਹੈ। ਲਾਲਾ ਮੂਸਾ ਤਾਂ ਹੁਣ ਬੜਾ ਮਸ਼ਹੂਰ ਸ਼ਹਿਰ ਬਣ ਗਿਆ ਨੇ। ਇਹ ਵੀ ਜਿਹੜਾ ਵੀ ਕਿਹੜਾ ਕੋਈ ਦੌਰ ਦਾ ਵੀ ਬੜਾ ਬਦਲ ਗਿਆ ਸਾਡਾ, ਜਿਸ ਦੇਹਰਾਦੂਨ ਉਹ ਜਿਸਤਾ ਬਦਲਿਆ, ਉੱਤਰਾਖੰਡ ਬਦਲਿਆ, ਇਹ ਵੀ ਉਸੇ ਤਰ੍ਹਾਂ ਹੀ। ਇਹ ਨਹੀਂ ਪਤਾ ਲੱਗਦਾ ਕਿ ਅਸੀਂ ਲਾਹੌਰ ਬੈਠੇ ਹਾਂ ਜਾਂ ਕਿਤੇ ਬੈਠੇ ਹਾਂ, ਜਾਂ ਇੰਡੀਆ 'ਚ ਬੈਠੇ, ਪੰਜਾਬ 'ਚ ਬੈਠੇ ਹਾਂ ਜਾਂ ਯੂਪੀ 'ਚ ਬੈਠੇ ਹਾਂ, ਇੰਡੀਆ 'ਚ ਬੈਠੇ ਹਾਂ। ਵੈਸੇ ਤਾਂ ਸਭ ਜਗ੍ਹਾ ਘੁੰਮ ਆਏ ਹਾਂ, ਦੁਬਈ ਗਿਆ, ਹਾਂਗਕਾਂਗ ਗਿਆ, ਬੈਂਕਾਕ ਗਿਆ, ਸਿੰਗਾਪੁਰ 3-4 ਵਾਰ ਗਿਆ, ਲੇਕਿਨ ਇਹ ਹਾਦਸਾ ਵਿੱਚ ਨਹੀਂ, ਮੇਰੀ ਲਾਈਫ ਦਾ ਸਭ ਤੋਂ ਪਹਿਲਾ ਹਾਦਸਾ ਹੋਇਆ ਕਿ ਜਿਹੜਾ ਮੈਂ ਪਾਕਿਸਤਾਨ ਆਇਆ ਤਕਰੀਬਨ ਉਹਦੇ ਪੈਸਾ ਮਤਲਬ 35,000 ਤੋਂ ਉੱਪਰ। ਪਾਕਿਸਤਾਨ ਆਉਣ ਤੋਂ ਪਹਿਲੇ ਦਿਲ ਦੇ ਵਿੱਚ ਕੋਈ ਖੌਫ ਵਾਲੀ ਗੱਲ ਹੈ ਸੀ? ਹੈ, ਪਾਕਿਸਤਾਨ ਆਉਣ ਤੋਂ ਪਹਿਲੇ ਦਿਲ ਦੇ ਵਿੱਚ ਕੋਈ ਖੌਫ ਵਾਲੀ ਗੱਲ ਹੈ ਸੀ ਕਿ ਜਾ ਕੇ ਆਪਣੇ ਗੁਰੂ ਨਾਨਕ ਦੇਵ ਜੀ ਦਾ ਦੇਖ ਕੇ ਆਵਾਂਗਾ? ਨਹੀਂ ਨਹੀਂ, ਖੌਫ ਡਰ ਨਾ ਡਰ ਕੋਈ ਨਹੀਂ, ਕਿਉਂਕਿ ਮੈਂ ਖੁਦ ਸਭ ਕੁਝ ਜਾਣਦਾ ਵਾਂ, ਰਾਈਫਲ ਚਲਾਉਣੀ, ਪਿਸਤੌਲ ਚਲਾਉਣਾ, ਸਭ ਕੁਝ ਚਲਾਉਣਾ, ਮੈਂ ਫੋਟੋਗ੍ਰਾਫੀ ਵੀ ਰਿਹਾ, ਸਟੂਡੀਓ ਮੇਰਾ ਰਿਹਾ। ਇਸ ਉਮਰ ਵਿੱਚ ਵੀ ਜੀ ਉੱਤਰਾਖੰਡ ਦਾ ਜਿਹੜਾ ਮੁੱਖ ਮੰਤਰੀ, ਉਸ ਨੂੰ ਸਾਈਕਲ 15,000 ਰੁਪਏ ਦੀ ਗਿਫਟ ਕੀਤੀ ਹੈ, ਸਾਈਕਲਿੰਗ ਕਰਨਾ ਮੈਂ। ਅਤੇ ਜਾ ਕੇ ਕੀ ਦੱਸੋਗੇ? ਜਾ ਕੇ ਮੈਂ ਪੋਤੇ ਨੂੰ ਫੋਨ ਕਰ ਦਿੱਤਾ, ਇਸ ਤਰ੍ਹਾਂ ਗਲਤੀ ਹੋ ਗਈ ਹੈ, ਸਮਝ ਨਹੀਂ ਆ ਰਿਹਾ ਮੇਰੇ ਕੀ ਹੋ ਗਿਆ, ਅਤੇ ਉਹ ਕਹਿੰਦਾ ਕੋਈ ਗੱਲ ਨਹੀਂ, ਪੈਸੇ ਮੈਂ ਤੁਹਾਨੂੰ ਕਹਿੰਦਾ ਪੈਸੇ ਭੇਜ ਦਿਆਂ ਨਾਲ। ਮੈਂ ਕਹਿੰਦੀ ਮੇਰੇ ਕੋਲ ਕਿਰਾਏ ਦੇ ਹੋ ਜਾਣਗੇ, ਬਾਕੀ ਜ਼ਰੂਰਤ ਨਹੀਂ ਹੈ, ਕੀ ਕਹਿੰਦਾ ਮੈਂ ਪੈਸੇ ਉਹ ਵੀ ਘੁੰਮਾ ਜਾਵਾਂਗਾ ਮੈਂ। ਨਹੀਂ ਕੋਈ ਗੱਲ ਨਹੀਂ, ਅੱਲਾ ਕਰੇ। ਉਮੀਦ ਦੀ ਸੀ ਕਿ ਹੋਏਗਾ, ਬਸ ਗਲਤੀ ਹੋ ਗਈ ਬੰਦੇ ਕੋਲ, ਪਰ ਗਲਤੀ ਵੀ ਇੱਕ ਮਿੰਟ ਝਟਕੇ ਜਿਹੀ ਹੋ ਗਿਆ, ਸਮਝ ਨਹੀਂ ਆਇਆ। ਇੰਨੇ ਮੈਂ ਸਭ ਕੰਟਰੀ 'ਚ ਘੁੰਮ ਕੇ ਆਇਆ, ਕਦੀ ਅੱਜ ਤੱਕ ਨਹੀਂ ਪੈਸੇ ਦਾ ਨੁਕਸਾਨ ਹੋਇਆ। ਦੁਨੀਆਂ ਦੀ ਤੁਸੀਂ ਇੰਨੇ ਮੁਲਕਾਂ 'ਚ ਘੁੰਮੇ ਹੋ, ਹਾਂਜੀ, ਜਿਹੜਾ ਪਿਆਰ ਤੁਹਾਨੂੰ ਪਾਕਿਸਤਾਨ 'ਚ ਮਿਲਿਆ, ਬਾਹਰ ਦੇ ਕੰਟਰੀ ਪਾਕਿਸਤਾਨ ਦੀ ਪੈਦਾਇਸ਼ ਜਿੱਥੇ ਉਹ ਇੱਕ ਅੰਦਰ ਦਿਲੋਂ ਆਉਂਦਾ ਹੈ ਕਿ ਆਪਣੇ ਜਨਮਸਥਾਨ ਨਹੀਂ ਕਿਹਾ, ਹੋਰ ਕੋਈ ਗੱਲ ਨਹੀਂ। ਲੋਕਾਂ ਬਾਰੇ ਜਿਸ ਤਰ੍ਹਾਂ ਇੱਥੇ ਪੰਜਾਬੀ ਬੋਲਦੇ ਸਾਰੇ ਲੋਕ, ਜਿੰਨਾ ਅਸੀਂ ਇੱਥੇ ਕਿਸੇ ਸਰਦਾਰ ਨੂੰ ਦੇਖ ਕੇ ਲੋਕ ਭੱਜ ਕੇ ਜਾ ਕੇ ਅਸੀਂ ਉਹਨਾਂ ਨੂੰ ਬੁਲਾ ਲੈਂਦੇ, ਉਹਨਾਂ ਨਾਲ ਗੱਲਬਾਤ ਕਰਦੇ। ਬਾਹਰ ਦੇ ਮੁਲਕਾਂ ਦੇ ਵਿੱਚ ਵੀ ਕੋਈ ਇੰਝ ਮਿਲਦਾ? ਰਿਸਪੈਕਟ ਸਾਡੇ ਪੰਜਾਬੀਆਂ ਦੀ ਜਿਹੜੀ ਹੈ ਨਾ, ਸਾਰੇ ਹਰ ਉਹਦੀ ਕੰਟਰੀ 'ਚ ਇੱਜ਼ਤ ਹੈ, ਰਿਸਪੈਕਟ ਹੈ, ਸਭ ਅੱਛਾ ਮੰਨਦੇ। ਪਾਕਿਸਤਾਨ ਦੇ ਵਿੱਚ ਉਹਦੇ ਤੋਂ ਜ਼ਿਆਦਾ? ਪਾਕਿਸਤਾਨ ਨੂੰ ਜ਼ਿਆਦਾ ਸਮਝੋ, ਕਿਉਂਕਿ ਐਸਾ ਹੁੰਦਾ, ਦੇਖੋ ਕੋਈ ਕਿਸੇ ਨੂੰ ਮਿਲਦਾ ਨਾ, ਕੋਈ ਹੁਣ ਮੈਂ ਮਿਲਣਾ ਆਪਣੇ ਕਿਸੇ ਨੂੰ ਮਿਲਣਾ, ਅਤੇ ਜੱਫੀਆਂ ਪਾ ਪਾ ਕੇ ਮਿਲਣਾ, ਮੇਰੇ ਭਰਾ ਨੇ, ਮੇਰੇ ਆਪ ਨੇ, ਆਪਣਾਪਨ ਜਿਹੜਾ ਉਹ ਸਾਨੂੰ ਮਿਲਦਾ ਇੱਥੇ ਆ ਕੇ। ਹੁਣ ਇੰਡੀਆ ਦੇ ਵਿੱਚ ਤੁਸੀਂ ਕਿਸ ਜਗ੍ਹਾ 'ਤੇ ਰਹਿ ਰਹੇ ਹੋ? ਇੰਡੀਆ ਦੇ ਵਿੱਚ ਤੁਸੀਂ ਕਿਸ ਜਗ੍ਹਾ 'ਤੇ ਜਾ ਕੇ ਸੈਟਲ ਹੋਏ ਫਿਰ? ਅਸੀਂ 47 ਵਿੱਚ ਆ ਗਏ ਅਤੇ 47 ਬਾਅਦ ਸਿੱਧਾ ਦੇਹਰਾਦੂਨ ਸੈਟਲ ਹੋਏ। ਨਹੀਂ, ਉਹ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਆ, ਸ਼ਹਿਰ ਦਾ ਨਾਮ ਦੱਸੋ। ਇੰਡੀਆ ਦੇ ਵਿੱਚ ਤੁਹਾਡਾ ਜਿਹੜਾ ਸ਼ਹਿਰ ਉਹਦਾ ਨਾਮ ਦੱਸੋ। ਗੁਜਰਾਤ। ਇੰਡੀਆ 'ਚ ਵੀ ਗੁਜਰਾਤ? ਇੰਡੀਆ ਤਾਂ
ਇੰਡੀਆ 'ਚ ਤਾਂ ਗੁਜਰਾਤ ਉੱਥੇ ਹੈ ਕਿ ਨਾ ਤੁਹਾਡਾ ਜਿੱਥੇ ਮੋਦੀ ਹੋਇਆ ਮੋਦੀ ਦਾ ਉਹ ਉੱਤਰਾਖੰਡ ਉਹ ਵੀ ਗੁਜਰਾਤ ਹੀ ਹੈ ਜੀ ਜੀ ਲੇਕਿਨ ਸਾਡਾ ਗੁਜਰਾਤ ਜਿਹੜਾ ਪੰਜਾਬ ਗੁਜਰਾਤ ਹੈ ਅੱਛਾ ਤੁਹਾਡਾ ਪੰਜਾਬ ਅਤੇ ਦੁਬਾਰਾ ਕਦੀ ਜ਼ਿੰਦਗੀ 'ਚ ਮੌਕਾ ਮਿਲਿਆ ਅਤੇ ਆਓਗੇ ਪਾਕਿਸਤਾਨ ਜ਼ਿੰਦੇ ਜ਼ਿੰਦਗੀ ਰਹੇ ਤਾਂ ਆਵਾਂਗੇ ਨਹੀਂ ਨਹੀਂ ਇਨਸ਼ਾ ਅੱਲਾ ਜੀ ਬਿਲਕੁਲ ਜ਼ਿੰਦਗੀ ਰਹੇਗੀ ਉਹ ਤਾਂ ਕੋਈ 93 ਕਿਸਾਨ ਜਿਹੜੀ ਘੱਟ ਥੋੜ੍ਹੀ ਹੁੰਦੀ ਹੈ 93 ਤੁਹਾਡੀ ਏਜ ਹੁਣ ਤੱਕ ਹੋ ਚੁੱਕੀ ਹੈ ਜੀ ਮਾਸ਼ਾ ਅੱਲਾ ਜਦੋਂ ਪਾਕਿਸਤਾਨ 1947 ਤੁਸੀਂ ਮੈਟ੍ਰਿਕ 'ਚ ਪੜ੍ਹਦੇ ਸੀ 10ਵੀਂ ਜਮਾਤ 'ਚ ਪੜ੍ਹਦੇ ਸੀ ਮਾਸ਼ਾ ਅੱਲਾ ਜੀ ਤੁਹਾਡੀ ਬਹੁਤ ਅੱਛੀ ਸਿਹਤ ਹੈ ਉਸ ਤੋਂ ਬਾਅਦ ਤੁਸੀਂ ਕੋਈ ਗਵਰਨਮੈਂਟ ਜੋਬ ਵੀ ਕੀਤੀ ਗਵਰਨਮੈਂਟ ਜੋਬ ਕੀਤੀ ਜੀ BSF ਰਿਹਾ BSF ਆਪਣਾ ਦੋ ਸਟਾਰ ਸਨ ਅਫਸਰ ਪੋਸਟ ਰਿਹਾ ਅਫੀਸਰ ਪੋਸਟ ਜੀ ਛੱਡ ਦਿੱਤਾ ਸੀ ਕਿਉਂਕਿ ਪਸੰਦ ਨਹੀਂ ਆਇਆ BSF ਦਾ ਜਿਹੜਾ ਉਹ ਮਾਮਲਾ ਜੀ ਇਹ ਨਹੀਂ ਕਿ ਕੋਈ ਖਤਰਾ ਲੜਾਈ ਜੋੜੇ ਕਿਉਂਕਿ ਪਾਕਿਸਤਾਨ ਦੀ ਲੜਾਈ 'ਤੇ ਮੈਂ ਡਿਊਟੀ 'ਤੇ ਸੀ ਚਾਈਨਾ ਦੀ ਡਿਊਟੀ 'ਤੇ ਮੈਂ ਡਿਊਟੀ 'ਤੇ ਸੀ ਔਰ ਪਾਕਿਸਤਾਨ ਦਾ ਵੀ ਪਾਕਿਸਤਾਨ ਹੋ ਗਈ ਬੰਗਲਾਦੇਸ਼ ਦੀ ਲੜਾਈ 'ਤੇ ਮੈਂ ਡਿਊਟੀ 'ਤੇ ਸੀ ਸਾਰੀਆਂ ਲੜਾਈਆਂ ਤੈਨੂੰ ਦੇਖੀਆਂ ਜਿਹੜੀ ਦੋਨਾਂ ਮੁਲਕਾਂ ਦੇ ਹਾਲਾਤ ਹੈ ਜਿਹੜੇ ਦੋਨਾਂ ਮੁਲਕਾਂ ਦੇ ਹਾਲਾਤ ਆ 24 ਘੰਟੇ ਖਰਾਬ ਹੀ ਰਹਿੰਦੇ ਕਦੀ ਨਹੀਂ ਸੋਖਦਾ ਸਾਹ ਆ ਇਹਨਾਂ ਦਾ ਕਾਰਨ ਤੁਸੀਂ ਕੀ ਸਮਝਦੇ ਦੇਖੋ ਉਹਦੇ ਵਿੱਚ ਇਹ ਕਿ ਇਹ ਜਿਹੜਾ ਇਮਰਾਨ ਖਾਨ ਹੈ ਇਹ ਕਹਿੰਦਾ ਮੈਂ ਪਠਾਨ ਹਾਂ ਫਾਈਨ ਮਾਇੰਡ ਨਾ ਕਰਨਾ ਮੈਂ ਬੜਾ ਫਰੈਂਕ ਆ ਕੇ ਮੂੰਹ 'ਤੇ ਗੱਲ ਕਰਨਾ ਮੇਰਾ ਵੀ ਇੰਟਰਵਿਊ ਉੱਥੇ ਡੇਰਾਦੂਨ ਵੀ ਟੀ ਵੀ 'ਚ ਆਇਆ 3-4 ਵਾਰ ਆਇਆ ਅਤੇ ਇਹ ਪਠਾਨ ਆਪਣਾ ਕਹਿੰਦੇ ਪਠਾਨ ਜਿਹੜਾ ਹੁੰਦਾ ਜਿੰਨਾ ਇੱਕ ਉਹਦੇ 'ਚ ਹੁੰਦਾ ਕਿ ਮੈਂ ਪਠਾਨ ਹਾਂ ਇਮਾਨਦਾਰ ਆਦਮੀ ਹੋਏਗਾ ਜ਼ੁਬਾਨ ਦਾ ਪੱਕਾ ਹੋ ਗਿਆ ਇਹਦੇ 'ਚ ਉਹ ਗੱਲ ਨਹੀਂ ਹੈ ਲੇਕਿਨ ਇਮਰਾਨ ਖਾਨ ਤਾਂ ਚਲੋ ਠੀਕ ਹੈ ਜੀ ਪਠਾਨ ਆ ਗਏ ਇਸ ਤੋਂ ਪਹਿਲੇ ਸਾਡੇ ਬੜੇ ਨਵੀਆਂ ਨਵਾਜ਼ ਸਾਹਿਬ ਵਜ਼ੀਰ ਪ੍ਰਧਾਨ ਮੰਤਰੀ ਸੀ ਉਦੋਂ ਉਹਨਾਂ ਦੀ ਆਪਸ ਦੀ ਸਿਆਸਤ ਆਪਸ ਵਿੱਚ ਮਾਰ ਖਾਦੇ ਨੇ ਵੈਸੇ ਤਾਂ ਨਾ ਹੁੰਦਾ ਲੇਕਿਨ ਆਪਸ ਦੀ ਜਿਹੜੀ ਉਹਨਾਂ ਦੀ ਮਾਰ ਸੀ ਉਹਨਾਂ ਨੂੰ ਮਾਰ ਗਈ ਮਿਲਟਰੀ ਹਮੇਸ਼ਾ ਮਿਲਟਰੀ ਦੇ ਇੱਕ ਦੇ ਕੋਲ ਕੰਟਰੋਲ ਹੀ ਨਹੀਂ ਰਿਹਾ ਹੁਣ ਇੱਕ ਮੋਦੀ ਪੂਰੀ ਵਰਲਡ ਨੂੰ ਉਸਨੇ ਕੰਟਰੋਲ ਕੀਤਾ ਹੈ